ਅਸੀਂ ਹੁਣ ਇਹਨਾਂ ਨੇ ਖਬਰਾਂ ਦੱਸਿਆ ਕਿ ਬਰਸਾਤ ਤੋਂ ਚੱਲਣੀਆਂ ਵਾ ਅਤੇ ਕਾਫੀ ਲੋਕਡਾਊਨ ਦੇ ਇੱਥੇ ਆਏ ਅੰਮ੍ਰਿਤਸਰ 'ਚ ਅਤੇ ਅੱਜ ਇਹਨਾਂ ਨੇ ਬੱਸਾਂ ਚਲਾਈਆਂ ਅਤੇ ਅਸੀਂ ਅੱਜ ਘਰੋਂ ਆਏ ਹਾਂ ਅਤੇ ਚਲੋ ਵਧੀਆ ਲੱਗਦਾ ਪਿਆ ਬੱਸਾਂ ਚੱਲੀਆਂ ਵਾ ਅਸੀਂ ਆਪਣੇ ਘਰ ਚੱਲੇ ਹਾਂ। ਠੀਕ ਆ, ਵਧੀਆ ਰੱਖਦੇ ਵੇ ਧਿਆਨ, ਬਾਕੀ ਲੋਕਾਂ ਨੂੰ ਵੀ ਰੱਖਣਾ ਚਾਹੀਦਾ ਆਪਣਾ ਧਿਆਨ, ਬਾਕੀ ਆਪਣੇ ਹੱਥ ਵਾਸ ਹੈ। ਦੇਖੋ ਜੀ, ਸਾਡੇ ਸੀਮ ਸਾਹਿਬ ਨੇ ਸਾਨੂੰ ਹੁਕਮ ਕੀਤੇ ਆ, ਸਾਡੇ ਮਾਨਯੋਗ ਸੈਕਟਰੀ ਸਾਹਿਬ ਡਾਇਰੈਕਟਰ ਸਾਹਿਬ ਦੇ ਹੁਕਮ ਹੋਇਆ ਕਿ ਮਤਲਬ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਪਠਾਨਕੋਟ, ਅੰਮ੍ਰਿਤਸਰ ਡੇਰਾ ਬਾਬਾ ਨਾਨਕ ਔਰ ਅੰਮ੍ਰਿਤਸਰ ਫਿਰੋਜ਼ਪੁਰ ਬੱਸਾਂ ਚਲਾਈਆਂ ਜਾਣ। ਤਾਂ ਅਸੀਂ ਜਲੰਧਰ ਨੂੰ ਗੱਡੀਆਂ ਚਲਾ ਰਹੇ ਹਾਂ, ਲਗਾਤਾਰ ਸਵਾਰੀ ਆ ਰਹੀ ਹੈ, ਹਰ ਬੱਸ ਵਿੱਚ 25 ਤੋਂ 26 ਸਵਾਰੀਆਂ ਭੇਜ ਰਹੇ ਹਾਂ। ਪਠਾਨਕੋਟ ਨੂੰ ਗੱਡੀਆਂ ਜਾ ਰਹੀਆਂ ਨੇ, ਟੋਟਲ ਹੁਣ ਤੱਕ 7 ਗੱਡੀਆਂ ਜਾ ਚੁੱਕੀਆਂ ਨੇ, 4 ਗੱਡੀਆਂ ਜਲੰਧਰ ਜਾ ਚੁੱਕੀਆਂ ਨੇ ਔਰ 2 ਗੱਡੀਆਂ ਪਠਾਨਕੋਟ ਜਾ ਚੁੱਕੀਆਂ ਨੇ, ਕਿਉਂਕਿ ਸਵਾਰੀ ਦੇ ਹਿਸਾਬ ਨਾਲ ਹੀ ਗੱਡੀਆਂ ਭੇਜੀਆਂ ਜਾਣਗੀਆਂ। ਸੋਸ਼ਲ ਡਿਸਟੈਂਸ ਦਾ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਜੀ। ਸੋਸ਼ਲ ਡਿਸਟੈਂਸ ਦੇ ਵਿੱਚ 4 ਗੱਡੀ ਵਰਕਸ਼ਾਪ ਤੋਂ ਆਉਂਦੀ ਆ ਤਾਂ ਗੱਡੀ ਦੀ ਸਾਫ਼ ਸਫਾਈ ਹੋ ਗਏ, ਡੈਵਗਨੇਟਰ ਦੀ ਸੇਫਟੀ ਦਾ ਪੂਰਾ ਧਿਆਨ ਰੱਖਿਆ ਗਿਆ। ਡੈਵਗਨੇਟਰ ਦੇ ਪਿਛਲੇ ਬੰਨੇ ਇੱਕ ਚਾਦਰ ਲਾਈ ਗਈ ਆ ਜਿਹਦੇ ਨਾਲ ਕਿ ਡੈਵਗਨੇਟਰ ਦਾ ਸਵਾਰੀਆਂ ਨਾਲ ਸੰਪਰਕ ਟੁੱਟ ਜਾਂਦਾ ਔਰ ਜਿਹੜੀ 3 ਵਾਲੀ ਸੀਟ ਆ ਉੱਤੇ 2 ਸਵਾਰੀਆਂ ਔਰ ਜਿਹੜੀ 2 ਵਾਲੀ ਸੀਟ ਆ ਉੱਤੇ 1 ਸਵਾਰੀ ਬਿਠਾਈ ਜਾ ਰਹੀ ਆ। ਜਿਹੜੀ ਵੀ ਸਵਾਰੀ ਬੱਸ ਦੇ ਵਿੱਚ ਬੈਠਦੀ ਹੈ ਟਿਕਟ ਲੈ ਕੇ ਉਹਨੂੰ ਚੈੱਕ ਕੀਤਾ ਜਾ ਰਿਹਾ, ਜੇ ਕੋਈ ਸਵਾਰੀ ਦਾ ਮਤਲਬ ਨਹੀਂ ਠੀਕ ਉਹਨੂੰ ਨਹੀਂ ਬੈਠਣ ਦਿੱਤਾ ਜਾ ਰਿਹਾ।